ਕੀ ਲੱਗਦਾ ਹੈ ਕਿ ਜੋ ਹੋ ਰਿਹਾ ਹੈ ਹੁਣ ਕੀ ਮਾਹੌਲ ਬਣਿਆ ਹੋਇਆ ਕੀ ਸਮਝ ਰੱਖਦੇ ਹੋ ਕਿ ਜੋ ਆਪਣੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਨਰਿੰਦਰ ਮੋਦੀ ਉਹਨਾਂ ਨੇ ਇੱਕ ਆਪਾਂ ਉਹਨਾਂ ਨੂੰ ਡੈਮੋਕ੍ਰੈਟਿਕ ਪ੍ਰਾਈਮ ਮਿਨਿਸਟਰ ਬਣਾਇਆ ਤਾਂ ਕਿ ਉਹ ਲੋਕਾਂ ਦੇ ਦੁਆਰਾ ਹੀ ਬਣਾਏ ਗਏ ਨੇ ਉਹ ਲੋਕਾਂ ਦੀ ਹੈਲਪ ਕਰ ਸਕਣ ਬਟ ਜੋ ਕਿ ਅੱਜ ਆਪਾਂ ਦੇਖ ਰਹੇ ਹਾਂ ਜੋ 3 ਕਾਲੇ ਕਾਨੂੰਨ ਬਣਾ ਦਿੱਤੇ ਨੇ ਮੋਦੀ ਸਰਕਾਰ ਨੇ ਕਿਸਾਨਾਂ ਦੇ ਜੋ ਹੱਕ ਦੇ ਵਿੱਚ ਆਪਾਂ ਨੂੰ ਲੱਗ ਰਿਹਾ ਕਿ ਨਹੀਂ ਹੈਗੇ ਹੈ ਵੀ ਨਹੀਂਗੇ ਤੇ ਅਸੀਂ ਇਸ ਦਾ ਵਿਰੋਧ ਅੱਜ ਕਰਨ ਆਏ ਹਾਂ ਕਿ ਇਹ ਬਹੁਤ ਗਲਤ ਕਾਨੂੰਨ ਨੇ ਇਹਨਾਂ ਨੂੰ ਰੱਦ ਕੀਤਾ ਜਾਵੇ ਖੁਸ਼ੀ ਲੱਗ ਰਹੀ ਹੈ ਇੰਜੋਏ ਕਰ ਰਹੇ ਹੋ ਇੰਜੋਏ ਤਾਂ ਨਹੀਂ ਇੰਜੋਏ ਕਰ ਵੀ ਰਹੇ ਹਾਂ ਬਿਕੋਜ਼ ਕਿ ਜੋ ਵੀ ਕਿਸਾਨਾਂ ਨੇ ਸਾਡੇ ਲਈ ਇੱਥੇ ਜੋ ਵਿਰੋਧ ਕਰਨ ਆਏ ਹੈ ਕਿ ਭੁੱਖ ਨਹੀਂ ਹੈਗੀ ਕਿ ਜੋ ਵੀ ਅਸੀਂ ਇੱਥੇ ਕਰ ਰਹੇ ਹਾਂ ਬਹੁਤ ਵਧੀਆ ਹੋ ਰਿਹਾ ਹੈ ਲੰਗਰ ਵੀ ਕਾਫੀ ਨੇ ਤੇ ਇੰਜੋਏ ਵਾਲੀ ਗੱਲ ਤਾਂ ਨਹੀਂ ਹੈਗੀ ਕਿ ਉਹ ਤਾਂ ਬੱਚਿਆਂ ਦਾ ਅਰੇਂਜਮੈਂਟ ਹੈਗਾ ਪਰ ਅਸੀਂ ਆਪਣੇ ਹੱਕ ਲਈ ਇੱਥੇ ਲੜਨ ਆਏ ਹਾਂ ਮੈਂ ਵੀ ਜੋਬ ਕਰ ਰਹੀ ਹਾਂ ਸਕੂਲ 'ਚ ਪਰ ਲੇਕਿਨ ਫਿਰ ਵੀ ਅਸੀਂ ਆਏ ਹਾਂ ਸੀਗਾ ਅਸੀਂ ਕਿਸਾਨਾਂ ਦਾ ਸਮਰਥਨ ਕਰਨਾ ਚਾਹੇ ਸਾਡੇ ਕੋਲ ਜ਼ਮੀਨ ਨਹੀਂ ਹੈ ਪਰ ਜ਼ਮੀਨ ਸਾਡੀ ਜ਼ਿੰਦਾ ਹੈ ਹਜੇ दोस्तों कहते हैं कि बच्चे मन के सच्चे ये वो नन्हे फूल हैं जो भगवान को लगते प्यारे वैसे कहावत पंजाबी तो नहीं है हिंदी के है पर फुल जड़े ने बच्चे वो सारे ने भी प्यारे लगते हैं और इस वक्त दिल्ली के संघर्ष चल रहा है किसानों का और बच्चे बड़े चा के नाल पहुँचे हुए ने तो गल कर लेंगे बच्चों के साथ सत श्रीकाल की ना तुहाडा मेरा नाम त्रिंदरपाल है सब तो पहले जो भी इस चैनल नू देख रहे हो उन्होंने वाहेगुरु जी का खालसा वाहेगुरु जी की फतेह वाहेगुरु जी का खालसा वाहेगुरु जी की फतेह बेटा तुहाडा की नाम है रीवा ठीक है ते तुहाडा मेरा यशमीत सिंह यशबीर सिंह ठीक है यशमीत सिंह ठीक है ते की करन आए हो मम्मी पापा नाल आए हो इथे हां जी की लगता है कि जो हो रहा है हुण की माहौल बनया होया की समझ रखदे हो कि जो अपने देश के प्राइम मिनिस्टर ने नरेंद्र मोदी उन्होंने एक आप उन्होंने डेमोक्रेटिक प्राइम मिनिस्टर बनाया ताकि वो लोगों के द्वारा ही बनाए गए ने वो लोगों की हेल्प कर सकन बट जो कि अज आप देख रहे हैं जो 3 काले कानून बना दिते ने मोदी सरकार ने किसानों के जो हक दे विच आपां नूं लग रहा कि नहीं हैगे है भी नहीं गे तो असीं इसका विरोध अज करन आए हाँ कि ये बहुत गलत कानून ने इन्हां नूं रद्द किया जाए बेटे कि क्लास पढ़ते हो तुसीं जी मैं 6th क्लास के विच हाँ ਮੈਂ ਵੀ 6th ਤੇ ਤੁਸੀਂ ਮੈਂ 5th 5th ਦੇ ਵਿੱਚ ਹੈ ਤੁਸੀਂ ਭੈਣ ਭਰਾ ਹੋ ਸਾਰੇ ਨਹੀਂ ਮੈਂ ਅਸੀਂ ਦੋਨੋਂ ਭੈਣ ਭਰਾ ਤੇ ਇਹ ਸਾਡੇ ਦੋ ਇਹ ਤੁਹਾਡੇ ਪੜੋਸੀ ਤੁਹਾਡੇ ਫਰੈਂਡ ਹੋਣੇ ਹਾਂਜੀ ਇਕੱਠੇ ਇੱਕ ਸਕੂਲ ਚ ਪੜਦੇ ਹੋ ਅਸੀਂ ਦੋਨੇ ਇੱਕ ਸਕੂਲ ਪੜਦੇ ਆ ਅੱਛਾ ਕਿਹੜੇ ਸਕੂਲ ਹੈਗਾ SBS ਪਬਲਿਕ ਸਕੂਲ ਰਖੜੀ ਰੋਡ ਫਿਰੋਜ਼ਪੁਰ ਚ ਹੈ ਪੰਜਾਬ ਚ ਪੰਜਾਬ ਚ ਔਰ ਦੋਸਤੋ ਵਾਕਈ ਜੇ ਸਾਡੇ ਬੱਚੇ ਇੰਨੇ ਇੰਟੈਲੀਜੈਂਟ ਨੇ ਤਾਂ ਵਾਕਈ ਹੀ ਸੋਚਣਾ ਪੈ ਜਾਣਾ ਸਰਕਾਰਾਂ ਨੂੰ ਵੀ ਹੁਣ ਵਕਤ ਨਹੀਂ ਹੈਗਾ ਜਿਸ ਤਰੀਕੇ ਦੇ ਨਾਲ ਹੁਣ ਤੱਕ ਚੱਲਦੀਆਂ ਆਈਆਂ ਨੇ ਸਰਕਾਰਾਂ ਉਹ ਵਕਤ ਚਲਾ ਗਿਆ ਹੁਣ ਜਿਹੜੇ ਜੁਮਲੇ ਛੱਡ ਕੇ ਤੁਸੀਂ ਕਿਸੇ ਨੂੰ ਬੇਵਕੂਫ ਬਣਾ ਸਕਦੇ ਹੋ ਇਸ ਵਕਤ ਡਰਨ ਦੀ ਲੋੜ ਨਹੀਂ ਹੈ ਜੀ ਬਹੁਤ ਅੱਛਾ ਜਵਾਬ ਦੇ ਰਹੇ ਨੇ ਮਾਤਾ ਜੀ ਆ ਗਏ ਨੇ ਇਹਨਾਂ ਦੇ ਗੱਲ ਕਰ ਲੈਂਦੇ ਹਾਂ ਠੀਕ ਗੱਲ ਕਰ ਲੈਂਦੇ ਬੜਾ ਸਹੀ ਜਵਾਬ ਦਿੱਤਾ ਬੜੀ ਸ਼ਲਾਘਾ ਕਰਨ ਦੀ ਲੋੜ ਹੈਗੀ ਹੈ ਜੀ ਇਹੋ ਜਿਹੇ ਬੱਚਿਆਂ ਦਾ ਅਤੇ ਹਾਲੇ ਸਿਰਫ 5th 6th ਦੇ ਵਿੱਚ ਨੇ ਔਰ ਇੰਨੇ ਇੰਟੈਲੀਜੈਂਟ ਔਰ ਇੰਨੇ ਸਹੀ ਤਰੀਕੇ ਦੇ ਨਾਲ ਜਵਾਬ ਦਿੱਤੇ ਨੇ ਬੱਚਿਆਂ ਨੇ ਵੱਡੇ ਵੱਡੇ ਵੀ ਜਿਹੜੇ ਆ ਕੈਮਰੇ ਦੇ ਮੂਹਰੇ ਕੰਬਣ ਲੱਗ ਜਾਂਦੇ ਆ ਅਤੇ ਮੈਮ ਕਿਸ ਤਰੀਕੇ ਦੀ ਤੁਸੀਂ ਸਿਖਲਾਈ ਦਿੰਦੇ ਹੋ ਕਿਉਂਕਿ ਇਹੋ ਜਿਹੀ ਸਿਖਲਾਈ ਤਾਂ ਸਿਰਫ ਸਕੂਲਾਂ ਦੇ ਵਿੱਚ ਪਾ ਕੇ ਨਹੀਂ ਦਿੱਤੀ ਜਾ ਸਕਦੀ ਕੀ ਘਰ ਦਾ ਮਾਹੌਲ ਵੀ ਇਦਾਂ ਦਾ ਹੈਗਾ ਹਾਂਜੀ ਵਧੀਆ ਇਹਨਾਂ ਦੇ ਪਾਪਾ ਪੰਜਾਬ ਪ੍ਰੈਜ਼ੀਡੈਂਟ ਆ ਇੱਥੇ ਹੀ ਹੈਗੇ ਆ ਅਤੇ ਮੈਂ ਉਹਨਾਂ ਦੀ ਵਾਈਫ ਹਾਂ ਇਹ ਬੱਚਾ ਹੈ ਮੇਰਾ ਹਾਂਜੀ ਅਸੀਂ ਵੀ ਇੱਕ ਮੇਰਾ ਬੇਟਾ ਇਸ ਤੋਂ ਵੱਡਾ ਆ ਅਸੀਂ ਵੀ ਇਹਨਾਂ ਦੀ ਸਪੋਰਟ ਵਿੱਚ ਹੀ ਇੱਥੇ ਆਏ ਹੋਏ ਹਾਂ 3 ਦਿਨ ਤੋਂ ਅਸੀਂ ਇੱਥੇ ਹੀ ਰਹਿ ਰਹੇ ਹਾਂ ਅਤੇ ਅਸੀਂ ਇਹ ਜੰਗ ਜਿੱਤ ਕੇ ਹੀ ਜਾਵਾਂਗੇ ਪਹਿਲਾਂ ਨਹੀਂ ਜਾਵਾਂਗੇ ਇੱਥੋਂ ਭਾਈ ਸਾਹਿਬ ਦਾ ਨਾਮ ਵੀ ਦੱਸ ਦਿਓ ਸਰਦਾਰ ਕਿਰਪਾ ਸਿੰਘ ਨੱਥੂ ਵਾਲਾ ਸਰਦਾਰ ਕਿਰਪਾ ਸਿੰਘ ਠੀਕ ਹੈ ਬਿਲਕੁਲ ਸਤਿਕਾਰਯੋਗ ਕੱਲ੍ਹ ਮੈਂ ਤੁਹਾਨੂੰ ਬਿਲਕੁਲ ਮਿਲਿਆ ਵੀ ਸੀਗਾ ਕੱਲ੍ਹ ਮੈਂ ਸ਼ਾਇਦ ਤੁਸੀਂ ਨਿਕਲ ਗਏ ਸੀਗੇ ਬਾਈ ਜੀ ਮੈਨੂੰ ਮਿਲੇ ਸੀਗੇ ਬਹੁਤ ਖੁਸ਼ੀ ਹੋਈ ਮੈਨੂੰ ਮਿਲ ਕੇ ਬੱਚਿਆਂ ਨੂੰ ਅਤੇ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਇੱਥੇ ਆਏ ਹੋਏ ਆ ਖੁਸ਼ੀ ਲੱਗ ਰਹੀ ਹੈ ਇੰਜੋਏ ਕਰ ਰਹੇ ਹੋ ਇੰਜੋਏ ਤਾਂ ਨਹੀਂ ਇੰਜੋਏ ਕਰ ਵੀ ਰਹੇ ਹਾਂ ਬਿਕੋਜ਼ ਕਿ ਜੋ ਵੀ ਕਿਸਾਨਾਂ ਨੇ ਸਾਡੇ ਲਈ ਇੱਥੇ ਜੋ ਵਿਰੋਧ ਕਰਨ ਆਏ ਹੈ ਕਿ ਭੁੱਖ ਨਹੀਂ ਹੈਗੀ ਕਿ ਜੋ ਵੀ ਅਸੀਂ ਇੱਥੇ ਕਰ ਰਹੇ ਹਾਂ ਬਹੁਤ ਵਧੀਆ ਹੋ ਰਿਹਾ ਹੈ ਲੰਗਰ ਵੀ ਕਾਫੀ ਨੇ ਅਤੇ ਇੰਜੋਏ ਵਾਲੀ ਗੱਲ ਤਾਂ ਨਹੀਂ ਹੈਗੀ ਕਿ ਉਹ ਤਾਂ ਬੱਚਿਆਂ ਦਾ ਅਰੇਂਜਮੈਂਟ ਹੈਗਾ ਪਰ ਅਸੀਂ ਆਪਣੇ ਹੱਕ ਲਈ ਇੱਥੇ ਲੜਨ ਆਏ ਹਾਂ ਬਹੁਤ ਖੂਬਸੂਰਤ ਦੋਸਤੋ ਮੈਂ ਬੱਚਿਆਂ ਦੇ ਲਿਹਾਜ਼ ਦੇ ਨਾਲ ਗੱਲ ਕੀਤੀ ਸੀ ਕਿਉਂਕਿ ਬੱਚਿਆਂ ਨੂੰ ਅਕਸਰ ਸ਼ੌਂਕ ਹੁੰਦਾ ਹੈ ਮੇਲਿਆਂ ਦੇ ਵਿੱਚ ਜਾਣ ਦਾ ਖੁਸ਼ੀਆਂ ਮਨਾਉਣ ਦਾ ਖਿਡੌਣਿਆਂ ਦੇ ਨਾਲ ਖੇਡਣ ਦਾ ਪਰ ਇਹ ਵਾਕਈ ਹੀ ਕਹਿ ਸਕਦੇ ਹਾਂ ਕਿ ਜਿਵੇਂ ਕਹਿੰਦੇ ਹੁੰਦੇ ਆ ਗੋਬਿੰਦ ਦੇ ਲਾਲ ਸੂਬੇ ਆ ਸੋਚੀ ਨਾ ਡਰ ਜਾਣਗੇ ਵਾਕਈ ਹੀ ਦੋਸਤੋ ਬੜੀ ਸ਼ਲਾਘਾ ਹੋ ਗਈ ਬਹੁਤ ਬਹੁਤ ਧੰਨਵਾਦ
ਹੈ ਇੱਥੇ ਸਕੂਲ ਤੋਂ ਛੁੱਟੀਆਂ ਲੈ ਕੇ ਜਦਕਿ ਸਾਨੂੰ ਸਕੂਲ ਤੋਂ ਛੁੱਟੀ ਨਹੀਂ ਮਿਲੀ ਮੈਂ ਵੀ ਜੋਬ ਕਰ ਰਹੀ ਹਾਂ ਸਕੂਲ 'ਚ ਬਟ ਲੇਕਿਨ ਫਿਰ ਵੀ ਅਸੀਂ ਆਏ ਹਾਂ ਅਸੀਂ ਕਿਹਾ ਸੀ ਕਿ ਸਾਡੇ ਨਾਲ ਸਮਰਥਨ ਕਰਨਾ ਚਾਹੇ ਸਾਡੇ ਕੋਲ ਜ਼ਮੀਨ ਨਹੀਂ ਹੈ ਬਟ ਜ਼ਮੀਨ ਸਾਡੀ ਜ਼ਿੰਦਾ ਹੈ ਹਜੀ ਬਹੁਤ ਖੂਬਸੂਰਤ ਗੱਲ ਕੀਤੀ ਹੈ ਕਹਿੰਦੇ ਬੇਸ਼ੱਕ ਜ਼ਮੀਨ ਨਹੀਂ ਹੈ ਪਰ ਜ਼ਮੀਰ ਸਾਡੀ ਜ਼ਿੰਦਾ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਦੋਸਤੋ ਕਹਿਣਾ ਚਾਹਾਂਗਾ ਬੋਲੇ ਸੋਨੇ ਹਾਲ ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ ਯੂਟਿਊਬ 'ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ 'ਤੇ ਨਿਰਪੱਖ ਪੋਸਟ ਖਬਰ ਦੀ ਨਿਰਪੱਖ ਆਵਾਜ਼ ਵਿਜ਼ਿਟ ਕਰੋ www.nirpakhpost.com